इमीडिएटली या कोई मेरी मजबूरी मेनू छेती में ड्राइवरी सगा आई इजाजी हो गया जी कमा हो गया एक्सपेंडेबल आए है क्या बात है करता क्लच नॉस में हां जी हां इलेक्ट्रिसिटी और पावर हिमर बॉडी मैं तारा छिलतिया महा ताया हां महा जोड़ ला के महा हां महा मचया पे हां मेनू आया महा जोड़ लाऊ खड़चता काम महा पता थी तो हुई नहीं होना हां होया नहीं फिर कहीं तो जाना होया नहीं थोनू के पता ही खंभा तो टूटया पे जी सवेर दी तो लाइट नहीं देगी मेनू पता खंभा टूटया होया थी ताई तो मैं सेकंड चांस लिया ਸੈਕਿੰਡ ਚਾਂਸ ਕਰਿਆ ਉਹਦੀ ਮੈਂ ਸਿਟੀ ਸਕੈਨ ਉਹ ਕਿਹੜਾ ਜੀ ਜਿਹੜਾ ਪਹਿਲਾ ਚਾਂਸ ਸੀ ਇਹਦੇ ਵਿੱਚ ਤਾਂ ਹਿਊਮਨ ਬੋਡੀ ਦੇ ਵਜਨ ਦੇ 40% ਚਾਂਸ ਨੇ ਭਰਾਵਾ ਜਿਹੜਾ ਸੈਕਿੰਡ ਹੈ ਇਹਦੇ ਵਿੱਚ ਨਹੀਂ ਇਹਦੇ ਵਿੱਚ ਤਾਂ ਛੋਲੇ ਜਿਵੇਂ ਨੇ ਛੋਲੇ ਜਿਵੇਂ ਦੂਜਾ ਚਾਂਸ ਪਹਿਲਾਂ ਸੁਣੋ ਜਦੋਂ ਪਾਣੀ ਹੈ ਨਹੀਂ ਸੀਗਾ ਮੈਂ ਜਾਣਾ ਟੋਇਲਟ ਤਾਂ ਕਹਿੰਦਾ ਇੱਥੇ ਨਾ ਜਾ ਮੈਂ ਕਰਦਾ ਤਾਂ ਕਹਿੰਦਾ ਕੀ ਮੈਂ 12 ਨੂੰ ਚੱਲਦਾ ਦੋਏ ਨਹਿਰ ਦੇ ਵਾਗੇ ਅੱਛਾ ਸਾਰਾ ਕੁਛ ਕਰਕੇ ਪਹਿਲਾਂ ਮੈਂ ਹੱਥ ਧੋ ਲੇ ਵਾਸ਼ ਕਰ ਲੇ ਹੈਂਡ ਉਤਾਇਆ ਬੜਾ ਨਹਿਰ ਚ ਮਰਿਆ ਪਿੱਛੋਂ ਦੀ ਧੱਕਾ ਫੇਰ ਤਾਂ ਤੈਨੂੰ ਤਰਨਾ ਆਉਂਦਾ ਗਾ ਹੈ ਜੇ ਮਰ ਜਾਂਦਾ ਵਧੀਆ ਨਾ ਹੁੰਦਾ ਮੈਂ ਕਿਹਾ ਕੋਈ ਗੱਲ ਨਹੀਂ ਹੈ ਤਾਇਆ हां पैर तिलकया पैर तिलकया सैंड सा पैर तिलकया कर ला ना हां पुठा देखा देखा ओए डर ए नहीं मरदा ए नहीं मरदा इतना मोटा हो गया आ जा निकले चौरे क्यों शर्म लाई जाता है गाड़ा ओए हो जी सुनो की दसा बड़े पुछता लिया करो बंदे तो तरना आंदा जी उनु तेरा जवाड़ा फुटया थी तेरा माउथ फुटया थी तू नहीं दस सकदा थी वीर तरना आंदा गा मैं चांस ना लेंदा ਓਏ ਮੈਂ ਤਾਂ ਜੀ ਜਦੋਂ ਪੇਪਰ ਚੈੱਕ ਕਰਦਾ ਪ੍ਰੈਕਟੀਕਲਾਂ ਦੇ ਖੋ-ਖੋ ਵਾਲਾ ਪ੍ਰਯੋਗ ਮੈਂ ਚੈੱਕ ਕਰਦਾ ਸਾਰੇ ਮੈਂ ਕਰ ਦਿੰਦਾ ਬਾਕਸਿੰਗ ਗੱਲ ਹੀ ਬਾਤ ਨਹੀਂ ਰੇਟਿੰਗ ਘਟਾ ਦਿੱਤਾ ਮੇਰੀ ਰੇਟਿੰਗ ਕੀ ਜੀ ਤਰਾਕੀ ਵਾਲਾ ਕੋ ਲੋ ਚੈੱਕ ਕਰਦਾ ਕਹਿੰਦਾ ਤਰਾਕੀ ਤਾਂ ਡੰਮ ਹਾਨਾ ਉਹਦਾ ਪੈਂਦੀਆਂ ਕਰਕੇ ਬੇਲ ਮੱਸਾ ਬਣਿਆ ਫਿਰ ਐ ਤਰੇ ਉਹ ਤਾਂ ਜੀ ਐ ਤਰਦਾ ਉਹਦਾ ਐ ਪੁੱਠਾ ਦੁੱਟਾ ਜੀ ਆਏ ਐ ਐ ਉਹਦਾ ਜੀ ਕੈਂਬੋ ਵਾਲ ਜੀ ਤਿੰਨ ਜਵਾਖ ਡੁੱਬ ਕੇ ਗਿਰਾ ਉਹਨੇ ਕੱਢੇ ਜੀ ਗੋਤਾ ਮਾਰ ਕੇ ਕੀ ਪਾਂਦਾ ਕੈਂਬੋ ਉਹਦਾ ਗੋਤਾ ਖੋਰ ਜੀ ਪਟਿਆਲੇ ਰੱਖ ਦਿੱਤੇ ਉਹਨੂੰ ਭਾਖੜਾ ਦੇ ਤਾਂ ਬਹੁਤ ਤੇਰਦਾ ਜੀ ਐਂਦਾ ਨਾ ਮਾਦਾ ਲਾਂਦਾ ਪੰਨ ਦੇ ਮੋਢੇ ਤੁਸੀਂ ਕੋਈ ਹੋਰ ਦੇਖੋ ਜੀ ਟਰਾਈ ਕਰਕੇ ਸਪਰੇਅ ਵਾਲਾ ਕਰ ਲਓ ਜੀ ਸਪਰੇਅ ਵਾਲਾ ਫਿਰ ਚਾਂਸ ਲੈ ਲੈਨੇ ਆ ਤੇ ਪੈਂਡੇ ਵਾਲ ਹੋ ਗਿਆ ਤਾਂ ਪੈਂਦਾ ਯਾਰ ਇਹ ਤਾਂ ਜੀ ਮਸਲ ਨੂੰ ਦੱਸਿਆ ਪ੍ਰੈਕਟੀਕਲ ਚੈੱਕ ਕਰਦਾ ਰਿਹਾ ਤਾਂ ਜੀ ਤਰਾਕੀ ਵਾਲੀ ਤੇ ਪੈਂਦੀ ਜੋਨ ਪਰਤ ਮੇਰੇ ਦਾ ਤੁਸੀਂ ਉਹ ਕਰਾਤਾ ਨੁਕਸਾਨ ਕਰਾਤਾ ਤੂੰ ਕੀ ਕਰੀ ਜਾਂਦਾ ਨਾਲੇ ਹੁਣਾ ਮਾਤਾ ਜੀ ਗਹਾਰਾ ਵਿਪ ਗਿਆ ਆ ਕਿਉਂ ਤੂੰ ਪੈਂਦੀ ਜਨਾਨੀ ਬਣਾ ਰਹਿਣਾ ਤੂੰ ਫਿਰ ਹੋਰ ਕੀ ਕਰਾਂ ਜਨਾਨੀ ਦਾ ਬਾਕੀ ਜੀ ਆਪ ਹੀ ਕਰਨਾ ਪਊ ਉਹ ਤਿੰਨ ਸਲਵਾਰਾਂ ਉਹਦੇ ਆਣੀਆਂ ਪਹਿਲਾਂ ਨਹੀਂ ਧੋਣ ਵਾਲੀਆਂ ਪਈਆਂ ਨੇ ਓਏ ਹੋਏ ਮਾਤਾ ਜਦੋਂ ਸਮਾਨ ਚੱਕਣ ਆਉਣਗੇ ਉਦੋਂ ਚੁਕਾ ਦੂੰਗਾ ਫਰੋਂ ਕਿਵੇਂ ਕਰਨਾਗਾ ਕਰਨਾ ਕੀ ਹੈ ਜੀ ਸਪਰੇਅ ਵਾਲਾ ਦੇਖ ਲਓ ਕਰਕੇ ਮੈਡਮ ਮੇਰੇ ਦੇ ਪ੍ਰੈਸ਼ਰ ਪਾਈ ਜਾਂਦੇ ਮੈਨੂੰ ਤਾਂ ਜਦੋਂ ਕੋਈ ਮੈਸੇਜ ਆਉਂਦਾ ਉਹਦੀ ਕੱਢ ਕੇ ਦੇਖਦਾ ਕਿਤੇ ਵੀ ਮੈਡਮ ਦਾ ਤਾਂ ਨਹੀਂ ਓ ਯਾਰ ਮੈਂ ਤਾਂ ਭੈਂਦਾ ਹੀ ਕਹਿਣਾ ਮਹਾ ਚੱਲ ਮੇਰੇ ਫਿੰਗਰ ਪ੍ਰਿੰਟ ਨਾ ਆ ਜਾਣ ਨਹੀਂ ਮੇਰਾ ਦਾਤੀ ਪਈ ਆ ਤਾਂ ਭੈਂਦਾ ਦਾ ਐਨਕਾਊਂਟਰ ਕਰ ਦਿੰਦਾ ਮੈਂ ਕਿਵੇਂ ਮਰਜ਼ੀ ਕਦੋਂ ਮੈਨੂੰ ਨਹੀਂ ਲੱਗਦਾ ਜੀ ਤੁਸੀਂ ਕੁਝ ਸਪਰੇਅ ਵਾਲਾ ਫਿਰ ਤੂੰ ਐ ਕਰ ਮੇਰੀ ਗੱਲ ਸੁਣ ਤੂੰ ਲਿਆ ਸਪਰੇਅ ਮੈਨੇ 2 ਮਿੰਟ ਘੜੀ ਆਰਾਮ ਕਰਦਾਗਾ ਸਪਰੇਅ ਤਾਂ ਜੀ ਹੈ ਸਪਰੇਅ ਕਿਤੋਂ ਲੈ ਕੇ ਆਵਾਂ ਤੂੰ ਲੈ ਆ ਯਾਰ ਇੱਥੇ ਤੇਰੀ ਜਾਣ ਪਛਾਣ ਹੋਣੀ ਮੇਰੀ ਬਾਡੀ ਦਰਦ ਕਰ ਰਹੀ ਐ ਪੇਨ ਕਰ ਰਹੀ ਐ ਮੇਰੀ ਬਾਡੀ ਮੈਂ ਕਿਹੜਾ ਜੀ ਤੁਸੀਂ ਹੀ ਲਿਆਉਂ ਸਪਰੇਅ ਇਹਦਾ ਅੱਡ ਖਰਚਾ ਹੁੰਦਾ ਹੁੰਦਾ ਦੇਖ ਲਓ ਜੀ ਕੋਈ ਵਧੀਆ ਸਪਰੇਅ ਲਿਆਇਓ ਜਿਹੜੇ ਮੈਂ ਐਫਰਟ ਕਰ ਰਿਹਾ ਨਾ ਗੈਂਡਾ ਮਾਰ ਲਿਆਇਓ ਜੀ ਹੈ ਗੈਂਡਾ ਮਾਰ ਸਪਰੇਅ ਪ੍ਰੇਗਾ ਨਿਊਜ਼ ਨਾਲ ਲਿਆਵਾਂ ਫਿਰ ਸਪਰੇਅ ਵੀ ਖੱਬਲ ਵਾਲੀ ਲਿਆਇਓ ਜੀ ਮੈਂ ਕਰ ਲਾਂਗੇ ਫਿਰ ਠੀਕ ਆ ਇਹਦਾ ਐਕਸਟਰਾ ਹੋਊਗੀ ਮੇਰਾ ਆਉਣ ਜਾਣ ਦਾ ਟਰੈਵਲਿੰਗ ਦਾ ਆਟੋ ਲੈਨੇ ਆ ਸੀ ਤੁਸੀਂ ਵੱਧ ਲੈ ਲਿਓ ਜੀ ਮੈਥੋਂ ਵਿਆਜ ਸੁਦੇ ਲੈ ਲਿਓ ਪਰ ਤੁਸੀਂ ਕੰਮ ਕਰਕੇ ਚੱਲ ਠੀਕ ਆ ਤੂੰ ਐ ਕਰ ਢੋਲੀ ਪੁੱਛ ਕੇ ਲਿਆ ਢੋਲੀ ਨਾ ਉੱਤੇ ਛੜਕੋਗੇ ਨਾ ਨਾ ਉੱਤੇ ਨਹੀਂ ਛੜਕੇ ਦਾਲ ਚ ਪਾਉਣੀ ਆ ਉਹ ਪਾ ਦੋ ਜੀ ਐ ਨਹੀਂ ਪਾ ਐ ਜਿਆਦੇ ਪੈ ਜੂਗੀ ਉਹਦੇ ਕਣ ਮਰ ਜਾਣਗੇ ਐ ਕਰਕੇ ਸੜਕਣੀ ਪਊਗੀ ਉਹ ਐ ਸਮਝ ਗਿਆ ਦੇਖ ਲੈ ਬਾਸ ਬਾਸ ਠੀਕ ਆ ਤੂੰ ਲਿਆ ਮੈਂ ਕਰਦਾ ਉਹਦੇ ਉਸੇ ਨਾਲ ਹੀ ਜਾਣਾ ਉਸ ਨੂੰ ਪਤਾ ਸਪਰੇਹਾਂ ਦਾ ਕਿਹੜਾ ਜਾਵੇ ਵਧੀਆ ਅੰਦਰ ਪੋਚਾ ਲਾਦਾ ਮੜਾ ਜਾ ਤੁਸੀਂ ਲਾਓ ਮੈਂ ਉਸ ਨੂੰ ਲੈ ਕੇ ਜਾਣਾ ਹੋਰ ਜੀ ਠੀਕ ਆ ਨਾ ਰੂਹ ਪਿੰਜੇ ਦੇ ਜੀ ਰੂਹ ਪੇ ਹੋ ਕਰਵਾ ਕੇ ਲਿਆਉਣੀ ਆ ਕਿ ਰਜਾਈਆਂ ਨੇ ਜਿਹੜੀ ਅੰਦਰ ਧਰਦਾ ਉਹ ਚੱਲ ਹਾਈਵੇ 'ਚ ਲਾਇਆ ਰੂਹ ਪਿੰਜ ਦੇ ਰੂਹ ਪਿੰਜਣੀ ਵਾਲੀ ਇਹਨੇ ਤੈਨੂੰ ਪਿੰਜ ਲੈਣ ਦੇ ਰੂਹ ਪਿੰਜ ਦੇ ਵੇ ਮੇਰੀ ਰੂਹ ਪਿੰਜ ਦੇ ਤਰਾਂ ਯੱਕੀ ਆ ਚੀ ਲਾ ਲਿਆ ਪਤਾ ਮੁੱਤਾ ਮਾਰਨਾ
ਦੇਖੀ ਖੱਬੜ ਖੁਰਚਣ ਲੈ ਰਿਹਾ ਓਏ ਯਾਰ ਕਿੰਨਾ ਸੋਚਦਾ ਨਾ ਇਹ ਰਿਵਰਨਮੈਂਟ ਬਾਰੇ ਇਹਦੇ ਬਾਰੇ ਕੋਈ ਨਹੀਂ ਸੋਚਦਾ ਯਾਰ ਹੈ ਨਾ ਵਿਚਾਰੇ ਬਾਰੇ ਪਰਮਾਤਮਾ ਗਰੀਬ ਨਵਾਜ ਤਾਇਆ ਕੀ ਕਰਦਾ ਕੁਛ ਨਹੀਂ ਆ ਖੱਬੜ ਜਿਹਾ ਪੜਦਾ ਹੁਣ ਨਹੀਂ ਮੈਨੂੰ ਫੁੱਦੂ ਬਣਾਇਆ ਤਾਂ ਐਂ ਕਹਿੰਦੇ ਕਹਿੰਦੇ ਗੰਦੇ ਪਾਉਣਾ ਤੈਨੂੰ ਬਣਾਉਣ ਦੀ ਲੋੜ ਆ ਪੁੱਤ ਹੈ ਤੇਰੇ ਤਾਂ ਕੁਦਰਤ ਪਹਿਲੀ ਮਿਹਰਬਾਨ ਹੈ ਕੁਦਰਤ ਨੇ ਤੈਨੂੰ ਬਣਾ ਕੀ ਭੇਜਿਆ ਮੇਰਾ ਪੁੱਤ ਕੁਦਰਤ ਨੇ ਨਹੀਂ ਬਣਾਇਆ ਕੀ ਲੋੜ ਆ ਕੁਦਰਤ ਨੇ ਨਹੀਂ ਬਣਾਇਆ ਤਾਇਆ ਤੁਹਾਡੇ ਨਾਲ ਰਹਿ ਕੇ ਹੋ ਗਿਆ ਮੈਂ ਹੈ ਮੈਨੂੰ ਐ ਨਹੀਂ ਸਮਝ ਆਉਂਦੀ ਪਤਾ ਨਹੀਂ ਤੇਰੇ ਪਿਓ ਚ ਕੋਈ ਨੁਕਸ ਪਤਾ ਨਹੀਂ ਤੇਰੇ ਚ ਜਿਹੜਾ ਇਹੋ ਜਿਹਾ ਜੰਮ ਕੇ ਤਾ ਤੂੰ ਤੈਨੂੰ ਕੀ ਹੋ ਰਿਹਾ ਹੋਵੇ ਮੇਰੇ ਪਿਓ ਤੇ ਤੈ ਕੀ ਭੈਣ ਦੀ ਸਾਡੇ ਉਹ ਕਰਦੀ ਹੈਗੀ ਤੈ ਕੰਮ ਕਰ ਲਿਆ ਕਰ ਮੇਰਾ ਪੁੱਤ ਕੁਛ ਕੰਮ ਕਰ ਲਿਆ ਕਰ ਪਾ ਕੇ ਜੇਬਾਂ ਜੱਤ ਸਾਰਾ ਦਿਨ ਇਹਨੂੰ ਐ ਚੱਕਦਾ ਰਹਿਣਾ ਭੈੜਾ ਲੱਗਦਾ ਤੈਨੂੰ ਕੰਮ ਕਰ ਲੈ ਕਿਸੇ ਕਿਤੇ ਲੱਗ ਜਾ ਕੁੜੀ ਨਹੀਂ ਦਿਲੀ ਕਿਸੇ ਕੰਜਰ ਨੇ ਵੈਲੀਆਂ ਨੂੰ ਕੁੜੀਆਂ ਦੀ ਕੀ ਘਾਟ ਹੈ ਹੈਲੋ ਕੱਢ ਲਿਆਵਾਂਗੇ ਪ੍ਰਧਾਨ ਓਏ ਇੱਧਰ ਦੇਖ ਲੈ ਛੜੇ ਬੰਦਿਆਂ ਦੀ ਜੂਨ ਬਹੁਤ ਮਾੜੀ ਆ ਪੁੱਤ ਤੇਰੀ ਕੱਟਦਾ 84 ਨਹੀਂ ਪੁੱਛਦਾ ਛੜੇ ਬੰਦੇ ਤੇਰੀ ਕੱਟਦਾ 84 ਟੈਂਸ਼ਨ ਨਾ ਲੈ ਅੱਜ ਤੇਰੀ ਡੈਥ ਕਰੂਗਾ ਹੋ ਜਾਂਦਾ ਨਾ ਕੋਈ ਪਾਣੀ ਨਹੀਂ ਪੁੱਛਦਾ ਪਾਣੀ ਮੇਰੇ ਖਾਲੇ ਚਾਲਾ ਗਲਾਸ ਧੋਂਦੇ ਨਹੀਂ ਜੇ ਪਾਣੀ ਵਹਾਂਗੇ ਨਾ ਪੁੱਤ ਪਾਣੀ ਦਾ ਉਸੇ ਚ ਲਿਆ ਦਿੰਦੇ ਨੇ ਵਿੱਚ ਚਾਹ ਪੱਤੀ ਸਾਰਾ ਨਰਕ ਸਵਰਗ ਅੱਜ ਕੱਟਿਆ ਜਾਊਗਾ ਇਹ ਕਹਿੰਦਾ ਪੁੱਤ ਚਾਹ ਬਣਾ ਕੇ ਦੇ ਦੇ ਉਸੇ ਚਾਹ ਪੱਤੀ ਵਾਲੀ ਚ ਚਾਹ ਬਾਲ ਕੇ ਹੋਰ ਦੇ ਦੇਣਗੇ ਇੰਨੀ ਮਾੜੀ ਜੂਣਾ ਛੜੇ ਬੰਦੇ ਦੀ ਹੈ ਸਹੀ ਗੱਲ ਹੈ ਇੰਨੀ ਮਾੜੀ ਦਾ ਖਰਚ ਪਾਉਣ ਵਾਲੀ ਦਾਲ ਦੇ ਦਿੰਦੇ ਨੇ ਸਹੀ ਗੱਲ ਹੈ ਤਾਇਆ ਲੱਗ ਜਾ ਕਿਸੇ ਕਿਤੇ ਲੈ ਆ ਵੱਢ ਖੱਬਲ ਆਪਾਂ ਨਹੀਂ ਵੱਢਦੇ ਜਿੱਦੇ ਜੱਟ ਨੇ ਦਾਤੀ ਫੜਿਆ ਬਹਿ ਜਾਂਦੇ ਗੱਲ ਲਾਉਣ ਲਈ ਫੜੇ ਆ ਖੱਬਲ ਲਾਉਣ ਲਈ ਕਰ ਲੈ ਕਰੋ ਕੰਮ ਕੋਈ ਕੰਜਰ ਦਾ ਕੰਮ ਕਰ ਲੈ ਕਰ ਕੋਈ ਕੰਮ ਨਹੀਂ ਲੱਗਿਆ ਹੋਇਆ ਕਿਉਂ ਮੇਰਾ ਅੰਤ ਦੇਖਿਆ ਕਿਉਂ ਅੰਤ ਦੇਖਿਆ ਮੇਰਾ ਦੇਖਿਆ ਮੈਂ ਕਿਉਂ ਅੰਤ ਦੇਖਿਆ ਮੇਰਾ ਭਾਈ ਮੇਰੇ ਸਾਲ ਦੀ ਇੰਨੀ ਸੁੰਡੀ ਪੈ ਰਹੀ ਹੈ ਇਹਨੂੰ ਐ ਨਹੀਂ ਵੀ ਸਪਰੇਅ ਸਪਰੂ ਮਾਰ ਦਈਏ ਦੁੱਧ ਵਾਰੀ ਮੇਰੇ ਸਾਲ ਦੇ ਗਲਾਸ ਐਡਾ ਚੱਕ ਲੈਣਗੇ ਵੀ ਤਾਂ ਹੀ ਭਰ ਦੇ ਮੈਂ ਉਹੀ ਤਾਂ ਗੱਲ ਕਰਨਾ ਹੈ ਤੇ ਅੰਦਰ ਲਵੇ ਮਾਂ ਦੁੱਧ ਹੋ ਮੈਂ ਉਹੀ ਗੱਲ ਕਰਨਾ ਹੈ ਤਾਏ ਮੈਂ ਕਿਹਾ ਆਪਾਂ ਸਪਰੇਅ ਲੈਣ ਚੱਲਦੇ ਆ ਜਾ ਲੈਣ ਚੱਲਦਾ ਸਪਰੇਅ ਮੂੰ ਜਾਏਗਾ ਹੁਣ ਸਪਰੇਅ ਲੈਣਾ ਉਹ ਸਪਰੇਅ ਲੈ ਕੇ ਆਉਣਾ ਤਾਏ ਜਿਹਦੇ ਨਾਲ ਸੁੰਡੀ ਤੇ ਬੰਦਾ ਮਰਦੇ ਦੋਏ ਚੀਜ਼ਾਂ ਹੋ ਜਾਣਾ ਨਾ ਫਿੰਗਰ ਲੱਗੇ ਨਾ ਫੜਕੜੀ ਰੰਗ ਚੋਖਾ ਏ 20 ਵਾਰ ਕਹਿੰਦਾ ਭਾਈ ਉਹ ਤਾਂ ਮੇਰੀ ਸੁਣੀ ਨਹੀਂ ਵੀ ਸਪਰੇਅ ਲਿਆਉਣਾ ਸਪਰੇਅ ਕਰਦਾ ਹੁਣ ਲਿਆਉਣਾ ਹੁਣ ਕੀ ਪੈਂਦੀ ਸਪਰੇਅਾਂ ਮੁੱਕ ਗਈਆਂ ਹੁਣ ਚੱਲੇਗਾ ਤੂੰ ਮੇਰੇ ਨਾਲ ਐਡੀ ਕੀ ਡਿਪਤਾ ਯਾਰ ਹੁਣ ਬਾਗ ਚੱਲਦੇ ਆ 2 ਮਿੰਟਸ ਦਾ ਰਸਤਾ ਸਾਰਾ ਹਾਓ ਚੱਲ ਚੱਲ ਆਪਾਂ ਕੋਈ ਕੱਟ ਸਾਧਨ ਸਾਧਨ ਨੂੰ ਭੈਣ ਦੀ ਮੈਂ ਐਰੋਜੈਟ ਕੱਢੂਗਾ ਓਏ ਮੇਰੀ ਗੱਲ ਸੁਣ ਲੈ ਇੱਕ ਐਰੋਜੈਟ ਮੈਂ ਆਪੇ ਮਾਰ ਦੂੰ ਸਪਰੇ ਵਿੱਚ ਨਾ ਬਣੀ ਕਿਤੇ ਵਿੱਚ ਟੰਗਾੜ ਆਈ ਜਾਵੇਂ ਕਿਉਂ ਵਟ ਸਾਲਿਆ ਗਿੰਦਰ ਕੇ ਜਵਾਖ ਜੇ ਨੇ ਐ ਉਂਗਲ ਡਬੋ ਕੇ ਐ ਲਾਈ ਦੀ ਜੀਵ ਉਹਦੀ ਰਗੜਤਾ ਦੀ ਸਪਰੇ ਦਾ ਉਹ ਬੰਦਾ ਛੱਡਦੀ ਤਾਇਆ ਤੂੰ ਇੰਨੇ ਨਹੀਂ ਬੰਦਾ ਛੱਡਦੀ ਤੂੰ ਇੰਨੇ ਸੱਤ ਗੱਦ ਬੋਲਦਾ ਉਹਨਾਂ ਲੋਕ ਤੂੰ ਐਂ ਕਹਿਣਗੇ ਉਂਗਲੀ ਲਾਈ ਦੀ ਹਨਾ ਹੈ ਤਾਂ ਬੰਦਾ ਛੱਡਦੀ ਪਕਾਈ ਨਾ ਮਾਰ ਉਂਗਲੀ ਲਾਈ ਦੀ ਦੋ ਉਂਗਲਾਂ ਇੱਕ ਗੱਗੀ ਨੂੰ ਉਂਗਲ ਲਾਤੀ ਇੱਕ ਤਾਂ ਇਹਨੂੰ ਸਪਰੇ ਚ ਉਂਗਲਾਂ ਦੀ ਦੋ ਉਂਗਲਾਂ ਚ ਬੰਦਾ ਮਰ ਗਿਆ ਆਜਾ ਮੈਂ ਦੋ ਬੂੰਦ ਪੋਲੀਓ ਤਾਂ ਇਹ ਆ ਚੱਲੀਏ ਆਪਾਂ ਹੈ ਆ ਕੇ ਵੜਦਾ ਕਿਹੜੀ ਲੈ ਕੇ ਆਉਣੀ ਹੈਗੀ ਬੰਦਾ ਕਿਹੜੀ ਮਾਰ ਦਿੰਦੇ ਤਾਂ ਇਹ ਆਵਾਂਗੇ ਖੱਬਲ ਵਾਲੀ ਨਾਲੇ ਸੁੰਡੀ ਵਾਲੀ ਸੁੰਡੀ ਸੁੰਡੀ ਵਾਲੀ ਦਾ ਲੋੜ ਵੀ ਨਹੀਂ ਉਹ ਸੁੰਡੀ ਏ ਪੈ ਰਹੀ ਐ ਇਹਨੂੰ ਜਿਹੜਾ ਬੰਦਾ ਮਾਰ ਦੂ ਸੁੰਡੀ ਦਾ ਫਰਕ ਦਨੇ ਮਾਰ ਦੂਗੀ ਉਹ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਬਾਈ ਕਿਵੇਂ ਆ ਵਧੀਆ ਬਾਈ ਹੋ ਠੀਕ ਹੋ ਹਾਂ ਬਾਈ ਵਧੀਆ ਤੂੰ ਦੱਸ ਕਿਵੇਂ ਆ ਵਧੀਆ ਬਾਈ ਵਧੀਆ ਕਦੋਂ ਆਈ ਸੀ ਭੈਣੇ ਤੂੰ ਬਾਈ ਮੈਨੂੰ ਹੋ ਗਏ 2-4 ਦਿਨ ਆਈ ਨੂੰ ਅੱਛਾ ਹਾਂ ਬਾਈ ਫਿਰ ਕੰਮਾਂ ਕਰਕੇ ਬਾਹਰ ਆਈ ਨਹੀਂ ਮੈਂ ਨਿਕਲੀ ਨਹੀਂ ਬਾਹਰ ਹਨਾ ਤੈਨੂੰ ਪਤਾ ਕੰਮ ਵਾਲੇ ਹੁੰਦੇ ਆ ਨਾ ਵਧੀਆ ਕੀਤਾ ਭੈਣੇ ਤੂੰ ਆ ਗਈ ਫਿਰ ਰੋਟੀ ਟੁੱਕ ਵਾਲਾ ਵੀ ਕੋਈ ਚਾਹੀਦਾ ਘਰੇ ਹਨਾ ਬਾਈ ਕੀ ਕਰੇ ਫਿਰ ਹੁਣ ਸਰਦਾ ਨਹੀਂ ਆਪ ਨੂੰ ਤਾਂ ਕਰਨਾ ਹੀ ਪੈਂਦਾ ਹੈਗਾ ਹੁਣ ਮੈਨੂੰ ਮੈਂ ਵੀ ਆਪਦੇ ਮਾਮੇ ਦੇ ਮੂੰਹ ਨੂੰ ਆ ਜਾਂਦੀ ਨਹੀਂ ਕੌਣ ਆਉਂਦਾ ਹੈਗਾ ਹਨਾ ਆਉਣਾ ਪੈਂਦਾ ਭੈਣੇ ਫਿਰ ਕੀ ਕਰੇ ਬੰਦਾ ਉਹ ਐ ਆ ਭੈਣੇ ਦੇਖ ਲੈ ਜਸਨੀਤ ਕੁੱਟ ਕੇ ਭਜਾ ਦੀ ਦਲਵੀਰੇ ਨੇ ਪਰ ਵਿਚਾਰੀ ਕੰਮ ਬਹੁਤ ਕਰਦੀ ਸੀ ਹੈ ਬਈ ਤਾੜੀ ਕਿਹੜਾ ਇੱਕ ਹੱਥ ਨਾਲ ਵੱਜਦੀ ਐ ਤੂੰ ਆਪ ਹੀ ਸਿਆਣਾਗਾ ਤੇ ਮੈਂ ਤਾਂ ਭੈਣੇ ਇੰਨਾ ਸਮਝਾਇਆ ਸੀ ਫੋਨ ਆਇਆ ਸੀ ਮੇਰੇ ਲਵੇ ਜਸਨੀਤ ਦਾ ਮਹਾ ਭਾਈ ਤੂੰ ਆ ਜਾ ਕੋਈ ਗੱਲ ਨਹੀਂ ਕਹਿੰਦੀ ਨਾ ਮੈਂ ਤਾਂ ਆਉਂਦੀ ਨਹੀਂ ਬਈ ਫਿਰ ਹੁਣ ਕਰੀਏ ਵੀ ਕੀ ਮੈਂ ਵੀ ਦਲਵੀਰੇ ਕੋਲ ਗੱਲ ਨਹੀਂ ਛੇੜ ਸਕਦੀ ਜੇ ਮੈਂ ਗੱਲ ਛੇੜਦੀ ਹਾਂ ਤਾਂ ਮੈਨੂੰ ਗਾਲਾਂ ਦੇਣ ਲੱਗ ਜਾਂਦਾ ਹੈਗਾ ਤਾੜੀ ਕਿਹੜਾ ਇੱਕ ਹੱਥ ਨਾਲ ਵੱਜਦੀ ਆ ਘੱਟ ਉਹ ਵੀ ਨਹੀਂ ਘੱਟ ਉਹ ਵੀ ਨਹੀਂ ਹੈਗਾ ਦੋ ਹੀ ਘੱਟ ਨਹੀਂ ਬਈ ਹੁਣ ਕਰੀਏ ਵੀ ਕੀ ਬਈ ਹੁਣ ਚੱਲ ਮੰਨਿਆ ਮਾੜੀ ਮੋਟੀ ਗਲਤੀ ਹੋਊਗੀ ਹੂ ਜਸਨੀਤ ਤੋਂ ਪਰ ਐਂ ਥੋੜੀ ਹੁੰਦਾ ਵੀ ਆਲੀ ਨੂੰ ਕੁੱਟ ਕੇ ਭਜਾ ਦੇ ਹੈ ਘਰ ਕਿਹੜਾ ਰੋਜ਼ ਰੋਜ਼ ਵੱਸਦੇ ਨੇ ਬਈ ਹੁਣ ਮੈਂ ਤਾਂ ਕੁਛ ਕਹਿ ਨਹੀਂ ਸਕਦੀ ਦੇਖ ਮੈਂ ਤਾਂ ਬਗਾਨੇ ਪਿੰਡੋਂ ਆਈ ਹੋਈ ਆ ਅਗਲਾ ਕੋ ਤੂੰ ਤੀਜੇ ਥਾਂ ਆ ਕੇ ਬੋਲਦੀ ਆ ਤੇਰਾ ਕੀ ਹੱਕ ਹੈਗਾ ਨਹੀਂ ਮੈਂ ਤਾਂ ਤੈਨੂੰ ਭੈਣੇ ਐਂ ਕਹਿਣਾ ਵੀ ਜੇ ਚੱਲ ਦਲਵੀਰਾ ਤੇਰੀ ਗੱਲ ਮੰਨਦਾ ਤੂੰ ਉਹਨੂੰ ਕਹਿ ਕਹਾ ਕੇ ਕਰ ਲੈ ਮਾਮੇ ਨੂੰ ਕਹਿ ਦੇ ਮਾੜਾ ਮੋਟਾ ਤੇਰੇ ਨੂੰ ਬਈ ਇਸ ਤਾਂ ਬਹੁਤ ਵਾਰੀ ਕਹਿ ਕੇ ਦੇਖ ਲਿਆ ਉਹ ਤਾਂ ਕਹਿੰਦਾ ਮੈਂ ਜੇ ਦਊਂਗਾ ਨਾ ਤਲਾਕ ਦਊਂਗਾ ਕਹਿੰਦਾ ਇਹ ਕੋਈ ਗੱਲ ਹੈਗੀ ਸਾਰੇ ਪਿੰਡ 'ਚ ਬੇਇੱਜ਼ਤੀ ਕਰਵਾਤੀ ਕਿਉਂ ਆਇਆ ਜੇ ਮੈਂ ਦਲਵੀਰੇ ਨਾਲ ਗੱਲ ਕਰਦਾ ਉਹ ਪਹਿਲੀ ਸਾਡੇ 'ਤੇ ਸ਼ੱਕ ਕਰਦਾ ਵੱਡੂ ਖਾਊ ਪੈਂਦਾ ਉਹ ਫੇਰ ਐਵੇਂ ਵਾਧਾ ਵਧੂਗਾ
ਚੱਲ ਕੋਈ ਨੀ ਬਈ ਦੇਖਦੇ ਆ ਕੀ ਬਣਦਾ ਹੈਗਾ ਪਰ ਮੈਂ ਤਾਂ ਕਹਿੰਦੀ ਨੀ ਹੈਗੀ ਬਈ ਤੁਸੀਂ ਕਹਿਣਾ ਕਹਿ ਦਿਓ ਦੇਖੋ ਤੁਸੀਂ ਪਿੰਡ ਦੇ ਬੰਦੇ ਹੋ ਹਨਾ ਮੈਂ ਕਹਿੰਦੀ ਬਾਰ ਬਾਰ ਸੋਹਣੀ ਨੀ ਲੱਗਦੀ ਨਾ ਮੈਂ ਆਪਦੇ ਮਾਮੇ ਨੂੰ ਕਹਿਣ ਦੇ ਮੈਂ ਉਹ ਤਾਂ ਮੇਰੇ ਮਾਮੇ ਦੇ ਵੀ ਗੱਲ ਪੈ ਜਾਂਦਾ ਤੈਨੂੰ ਆਪ ਨੂੰ ਹੀ ਪਤਾ ਕੀ ਕਲੇਸ਼ ਹੁੰਦੇ ਆ ਘਰੇ ਪਤਾ ਹੀ ਨੀ ਕਹੇ ਜਾ ਉਹ ਕਿਸੇ ਦੀ ਨੀ ਮੰਨਦਾ ਵੀ ਕਿਸੇ ਐ ਵੀ ਚੱਲ ਘਰ ਬਸ ਜੂ ਕਾਹਦੇ ਵਾਸਤੇ ਮੇਰੀ ਗੱਲ ਸੁਣ ਬਈ ਦੇਖ ਹਨਾ ਤੂੰ ਵੀ ਨਾ ਕਹੀ ਤੇਰੇ ਵੀ ਗੱਲ ਪੈ ਜੂ ਤੇਰੇ ਤੇ ਸ਼ੱਕ ਕਰਦਾ ਹੋ ਜਿਹੜਾ ਕੰਮ ਕਰੀ ਜਾਂਦਾ ਕਰੀ ਜਾਣ ਦੇ ਤੀਵੀਂ ਬਣੀ ਜਾਂਦਾ ਬਣੀ ਜਾਣ ਦੇ ਆਪੇ ਹਟ ਜੂਗਾ ਜਿੱਦਣ ਨੂੰ ਸੁਰਤ ਆ ਗਈ ਫਿਰ ਐ ਬਹਿਣੇ ਸਿਆਣੇ ਬੰਦੇ ਬਹਿ ਕੇ ਮੈਂ ਤਾਂ ਕਹਿੰਦਾ ਸੀ ਵੀ ਗੱਲ ਵਰਤਣ ਲੱਗ ਜੂ ਫਿਰ ਬਈ ਤੂੰ ਹੀ ਗੱਲ ਕਰਕੇ ਦੇਖ ਲਈ ਮੈਂ ਤਾਂ ਕਰਦੀ ਮੈਂ ਬਹਿਣੇ ਕਰ ਨਹੀਂ ਨਾ ਸਕਦਾ ਜੇ ਮੈਂ ਕਰਦਾ ਹੁੰਦਾ ਮੈਂ ਕਹਿ ਦਿੰਦਾ ਉਹਨੂੰ ਮੇਰੀ ਤਾਂ ਮੰਨਦਾ ਨੀ ਮੇਰੀ ਗੱਲ ਸੁਣ ਤੈਨੂੰ ਮੈਂ ਇੱਕ ਹੋਰ ਗੱਲ ਕਹਾਂ ਤੂੰ ਜਸਨੀਤ ਨੂੰ ਫੋਨ ਲਾ ਕੇ ਆਪਦੀ ਮਾਂ ਨਾਲ ਗੱਲ ਕਰਾ ਦੇ ਕਰਾਈ ਸੀ ਮੈਂ ਤਾਂ ਫਿਰ ਉਹ ਕਹਿੰਦੀ ਬਾਈ ਮੈਂ ਨੀ ਮੈਂ ਕਹਿੰਦੀ ਆਉਂਦੀ ਹੁਣ ਕਹਿੰਦੀ ਮੇਰੇ ਨਾਲ ਤਾਂ ਰੋਜ਼ ਦਾ ਕੁੱਤ ਕਲੇਸ਼ ਆ ਕਹਿੰਦੀ ਇੱਕ ਅੱਧੀ ਵਾਰੀ ਹੋਵੇ ਫਿਰ ਵੀ ਆ ਕਹਿੰਦੀ ਮੈਂ ਇੰਨੀ ਵਾਰੀ ਚੁੱਪ ਕਰ ਗਈ ਮੇਰੀ ਗੱਲ ਸੁਣ ਹੁਣ ਕੀ ਮੰਨੀਏ ਵੀ ਉਹਨੇ ਪੈਸੇ ਚੱਕੇ ਨੇ ਜਾਂ ਨਹੀਂ ਚੱਕੇ ਹੁਣ ਇਹ ਤਾਂ ਕਹੀ ਜਾਂਦਾ ਉਹ ਕਹਿੰਦੀ ਮੈਂ ਚੱਕੇ ਨੀ ਹੁਣ ਉਹ ਤਾਂ ਰੱਬ ਹੀ ਜਾਣਦਾ ਵੀ ਕਿਹਨੇ ਕੀ ਕੀਤਾ ਹੈਗਾ ਸਹੀ ਗੱਲ ਆ ਹੁਣ ਕਹਿੰਦੇ ਵੀ ਸੋਹਣੇ ਨੀ ਲੱਗਦੇ ਬਾਰ ਬਾਰ ਅਗਲੀ ਕਹੂਗੀ ਮੇਰੇ ਤੇ ਦੂਸ਼ਣ ਲਾਉਂਦੇ ਨੇਗੇ ਮੈਂ ਤਾਂ ਕਿਹਾ ਸੀ ਉਹਨੂੰ ਵਿਚਾਰੀ ਨੂੰ ਉਹ ਕਹਿੰਦੀ ਵੀ ਵੀਰੇ ਮੈਂ ਨੀ ਹੁਣ ਦੇ ਕਹਿੰਦੀ ਮੈਂ ਇੰਨੀ ਕੁੱਟ ਖਾ ਕੇ ਵੀ ਚੁੱਪ ਕਰ ਗਈ ਕੋਈ ਨੀ ਪਰ ਕਹਿੰਦੀ ਹੁਣ ਨੀ ਹੁਣ ਕਹਿੰਦੀ ਮੇਰੇ ਤੋਂ ਦੂਸ਼ਣ ਲਈ ਜਾਂਦਾ ਕਹਿੰਦੀ ਮੈਂ ਆਪਦੇ ਘਰੋਂ ਪੈਸੇ ਚੱਕੂਗੀ ਉਹਦੀ ਵੀ ਗੱਲ ਸਿਆਣੀ ਆ ਬਈ ਹੁਣ ਉਹ ਸਿਆਣੀ ਵੀ ਆਣੀ ਕਿੰਨਾ ਕੁ ਟਾਈਮ ਕਹਾਈ ਜਾਊਗੀ ਕਿੰਨਾ ਕੁ ਟਾਈਮ ਕੁੱਟ ਖਾਈ ਜਾਊ ਤੂੰ ਮੇਰੇ ਤੀ ਲਾ ਲਾ ਮੈਂ ਖਾ ਲੂੰਗੀ ਬਈ ਕੁੱਟ ਕਿਸੇ ਤੋਂ ਐਵੇਂ ਬਿਨਾਂ ਗੱਲ ਤੋਂ ਤਾਂ ਕੁੱਟ ਵੀ ਨੀ ਖਾਈ ਜਾਂਦੀ ਹੁਣ ਆਪਾਂ ਉਹਨੂੰ ਵੀ ਨੀ ਮਾੜੀ ਕਹਿ ਸਕਦੇ ਬਗਾਨੀ ਧੀ ਨੂੰ ਚੱਲ ਕੋਈ ਨੀ ਬਈ ਜੋ ਬਣੂਗਾ ਉਹ ਰੱਬ ਦੇਖੂਗਾ ਹਨਾ ਚੱਲ ਮੈਂ ਤਾਂ ਇਹੀ ਕਹਿੰਦਾ ਸੀ ਭੈਣੇ ਚੱਲ ਦੇਖ ਲਈ ਫਿਰ ਵੀ ਜੇ ਆਪਦੀ ਤੁਹਾਡੀ ਮੰਮੀ ਨਾਲ ਕਰਕੇ ਗੱਲ ਦੇਖ ਲਿਓ ਜੇ ਦਲਵੀਰਾ ਸਮਝਦਾ ਕਿਸੇ ਸਿਆਣੇ ਬੰਦੇ ਦੀ ਮੰਨ ਲੈ ਬਈ ਮੇਰੀ ਮੰਮੀ ਤਾਂ ਉਰੇ ਆਉਂਦੀ ਨਹੀਂ ਹੈਗੀ ਤੈਨੂੰ ਪਤਾ ਹੀ ਇਹਨਾਂ ਦੇ ਕਲੇਸ਼ ਦਾ ਉਹ ਤਾਂ ਮੈਨੂੰ ਵੀ ਘੱਟ ਹੀ ਆਉਣ ਦਿੰਦੇ ਆ ਬਸ ਮਾਮੇ ਕਰਕੇ ਆ ਜਾਂਦੀ ਆ ਵੀ ਸਰਦਾ ਨਹੀਂ ਹਨਾ ਆਪ ਨੂੰ ਕਰਨਾ ਪੈਂਦਾ ਗਾ ਫਿਰ ਚੱਲ ਠੀਕ ਆ ਭੈਣੇ ਫਿਰ ਚੱਲ ਕੋਈ ਨੀ ਬਾਈ ਚਾਰ ਖੰਡ ਜਾਂਦਾ ਨਵੀਂ ਬਾਜੂ ਦੌੜ ਸੱਟਾ ਮੂਹਰੇ ਵਾਰੀ ਤੇਰੀ ਕੋਈ ਨਾ ਭੈਣ ਦੀ ਜਵਾਰ ਪਾਟਾ ਯਾਰ ਖਾ ਲੇ ਮੇਰੇ ਉਹ ਆ ਗਈ ਦੁਕਾਨ ਦੀਪੇ ਦੀ ਉੱਥੇ ਕਿਹੜਾ ਦੀਪਾ ਉਹ ਕਹਾਂ ਚੱਲ ਆ ਸਿਲੈਂਡਰ ਆ ਗਿਆ ਗੱਡੀ ਤੋਂ ਕਹਾਂ ਦੁਕਾਨ ਓਕੇ ਨਾਈਸਲੀ ਹਾਂ ਇਮੀਡੀਏਟਲੀ ਯਾਰ ਉਹ ਭੈਣ ਦਾ ਅਗੇੜਾ ਜੇ ਕਾ ਖਵਾਈ ਜਨਾ ਮਾਂ ਬੰਦੇ ਵਾਲੀਆਂ ਲੈ ਲਈਏ ਫਿਰ ਬੰਦੇ ਵਾਲੀਆਂ ਫੇਰ ਨੀ ਲੈਂਦੇ ਫੇਰ ਤਾਂ ਲੈਣੀ ਨਹੀਂ ਯਾਰ ਮੇਰੀ ਗੱਲ ਸੁਣ ਬੰਦਾ ਨੀ ਮਰ ਸਕਦਾ ਸੁੰਡੀਆਂ ਕਿੱਥੋਂ ਮਰ ਜਾਣਗੀਆਂ ਦਿਮਾਗੀ ਸੰਤੁਲਨ ਖਰਾਬ ਆ ਤੂੰ ਆਹ ਪਾਤੀ ਦੇ ਮੈਨੂੰ ਮਾੜਾ ਹੋਰ ਉਹੀ ਨਾ ਗੁੱਸਾ ਕਰਦੀ ਦੀਪੇ ਹੋਰ ਆਹਦਾ ਮੂੰਹ ਪਤਾ ਬੌਲਾ ਇਹਦਾ ਕਮਲਾ ਪੁੱਤਾ ਇਹਦਾ ਹਾਂ ਹੋਰ ਕਾਹਨੂੰ ਮਹਾ ਚਲਾ ਇਹਦਾ ਕਮਲੀਆ ਮਰੀ ਜਾਂਦਾ ਮੇਰੇ ਆਖਰੀ ਚੋਦਾ ਬੰਦੇ ਮਾਰਨ ਨੂੰ ਆਪਾਂ ਹੈ ਹੋਰ ਇਹ ਗੱਲਾਂ ਚਲਾ ਲੈ ਪੁੱਤ
ਆ ਗਿਆ ਮੈਂ ਲੈ ਕੇ ਦੋ ਫੜ ਲਈ ਦੋ ਮੁੰਨੋ ਸਿੱਲੇ ਮੁੰਨੋ ਸਿੱਲੇ ਲਿਆਉਣਾ ਪੈ ਕਰੀ ਦੀ ਭਾਦੇ ਪੈਸੇ ਪੁੱਛੇ ਲਿਖਣੀ ਕੋਈ ਨਾ ਕੋਈ ਨਾ ਬਤਕਾ ਲਿਆ ਹੈ ਇਹ ਪੌਣੀ ਕਿੰਨੀ ਕਾ ਇਹ ਬਾ ਇੱਕ ਢੋਲੀ ਦੇ ਸਾਰੇ ਇੱਕ ਢੋਲੀ ਦੀ ਆ ਬੰਦੇ ਖਾਤਰ ਕਿੰਨੀ ਪੌਣੀ ਹੈ ਬੰਦੇ ਖਾਤਰ ਬੰਦੇ ਖਾਤਰ ਵੀ ਸਾਰੀ ਹੀ ਪੈ ਜੂਗੀ ਠੀਕ ਹੈ ਭਾਈ ਥੈਂਕ ਯੂ ਬ੍ਰੇ ਓਕੇ ਥੈਂਕ ਯੂ ਲਵ ਯੂ ਭਾਈ ਠੀਕ ਹੈ ਠੀਕ ਹੈ ਭਾਈ हे सच्चा पाशा जे ता मैं माड़ा तदा मेनू चक ला नहीं उनू चक ला है तक सुंबरी जाना तू सामने आ गई हां आ गई और महा कटदा मोटा मोटा बढ़िया कीता पानी नाल धोई दंदा थ सारा हैं धोई दंदा थ सारा छोड़ दूंगी कोई ना हैं हैं पैप छड़ ला हां छड़ लूंगा नगंदे पाते सी हां नगंदे दा पाते थी मैं अच्छा सा पेटी च धरती है हां पेटी च धरती दो रजाइया चल पूरे काट ले ओ तो मेरी ऐसला सी व्यास के उनन भरा के धर दंदे मैं आखा चल अगले साली भरा लांगे चल कोई ना दीदी हुन आप आज नहीं पता सामान चक्कण कदों आ जान फिर क्यों सामान ओदे भाई तोरे बैठो सामान क्यों ले जानगे लेके जानगे अगले जदों हुन बरतना नहीं हैगा फिर ओदे भाई नु भी भेज दे इथों भाई तड़या होया कहंदा मैं नहीं जांदा दसो तो की कराना काम नहीं करता कोई डक्का दा तोड़दा नहीं हो रोटियां खाने ते बेला ला मोटा मोटा करता बस कर हुन अथन ता होया पया है ओ महाए गए दा घर आन नु दस हुन अथने किने होनागा आए कहना तन्नू मैं हां इना दे करे किन्ना दे ओना ने आनागा महंता ने हां नचना किन्ना दे ਆਦੇ ਨਾਲ ਦੇ ਨੇ ਜਿਨ੍ਹਾਂ ਦੇ ਕੱਪੜੇ ਦੇਖਣ ਗਈ ਸੀ ਉਦਾਂ ਅੱਛਾ ਵਿਆਹ ਵਾਲਿਆਂ ਦੇ ਕਹਿੰਦੇ ਵਿਆਹ ਵਾਲਿਆਂ ਦੇ ਹਾਂ ਮੈਂ ਭੁੱਲ ਜਾਣਾ ਤੇ ਉਹਨਾਂ ਦੇ ਤੂੰ ਵਗ ਜਾ ਜੇ ਮੈਂ ਜਾਊਂਗਾ ਉੱਥੇ ਥਾਲੀ ਲੈ ਕੇ ਕਣਕ ਲੈ ਕੇ ਬੁੜੀਆਂ ਟਿੱਚਰਾ ਕਰਨੀਆਂ ਵੀ ਦਲਵੀਰ ਮਾਸਟਰ ਆਪ ਥਾਲੀ ਚੱਕੀ ਫਿਰਦਾ ਇਹ ਤਾਂ ਹੈਗਾ ਹਾਂ ਤੂੰ ਮੜਾ ਜਾ ਜਾਇਆ ਤੇ ਮੜਾ ਜਾ ਮੈਂ ਹੋਰ ਘਰੇ ਕਰ ਲੂੰ ਕੰਮ ਬਸ ਮੇਰੀ ਗੱਲ ਸੁਣ ਕਣਕ ਨੂੰ ਕਿਵੇਂ ਮੈਂ ਹੀ ਵਗ ਜਾਂਦੀ ਹਾਂ ਕੋਈ ਨਾ ਮੜੀ ਜੀ ਪਾ ਕੇ ਲੈ ਜਾ ਚੱਲ ਚੰਗਾ ਹੋਰ ਅਗਲਾ ਮੂੰਹ ਸਿਰ ਲੱਗ ਦਿਆਂਗੇ ਅਗਲੇ ਦੇ ਇੱਕ ਤਾਂ ਗੋਡੇ ਰਹਿ ਗਏ ਨਾ ਕਰਿਆ ਕਰ ਕੰਮ ਤੈਨੂੰ ਕੌਣ ਕਹਿੰਦਾ ਕੰਮ ਕਰ ਕੀ ਕਰੀਏ ਫਿਰ ਸਿਸਟਰ ਫੂਕਣਾ ਤਾਂ ਫੂਕਣੀ ਪੈਂਦਾ ਹੋਰ ਖਾਣ ਵਾਲੇ ਵੀ ਨੇ ਕਮਾਉਣ ਵਾਲਾ ਕੱਲਾ ਹਜੇ ਸ਼ਰਮ ਨਹੀਂ ਆਉਂਦੀ ਪੰ ਤੈਨ ਮੇਡਲੇ ਕੰਮ ਹਾਂ ਆਪਣੇ ਨਮੇੜਲੇ ਵਧੀਆ ਨਹੀਂ ਪੜੀ ਆ ਵੇਲਾ ਆ ਜਾਂਦੇ ਹੋਰ ਇੱਕ ਧੁੱਪ ਲੱਗੀ ਹੁਣ 11 ਵਜੇ ਇੱਕ ਧੁੱਪ ਲੱਗੀ ਹੁਣ ਮੈਂ ਤਾਂ ਹੁਣ ਨਮੇੜ ਕੇ ਆਈ ਆ ਹਜੇ 11 ਵਜੇ ਜਾਂਦੇ ਨੇ 11 ਵਜੇ ਜਾਂਦੇ ਨੇ ਹੋਰ ਆ ਕਰ ਲੈ ਆ ਕਰ ਲੈ ਹਜੇ ਮੇਰੇ ਤਾਂ ਕੱਪੜੇ ਹੀ ਪਏ ਨੇ ਧੋਣ ਵਾਲੇ ਨਾਸਤਾ ਨਮੇੜ ਦਿੱਤੇ ਜੋ ਤੇਰਾ ਸਨੇਹਿਤ ਹੋ ਗਿਆ ਵਧੀਆ ਰਹੀਆਂ ਤੁਸੀਂ ਤਾਂ ਮੈਂ ਤਾਂ ਭਾਈ ਦਿਨ ਚੜ ਗਿਆ ਮਹਾ ਚੱਲ ਹੁਣ ਤਾਂ ਜਾਂ ਤਾਂ ਸ਼ਾਮ ਨੂੰ ਲਾ ਦੂੰ ਮਸ਼ੀਨ ਜਾਂ ਤੜਕੇ ਲਾ ਦੂੰਗੀ ਉਹ ਲਾ ਕੰਮ ਜ਼ਿਆਦੇ ਹੁੰਦੇ ਨੇ ਕੰਮ ਬਾਹਲੇ ਹੁੰਦੇ ਨੇ ਕਿਵੇਂ ਲੱਤ ਦੁਖੀ ਜਾਂਦੀ ਹੈ ਤਾਂ ਬਹੁਤ ਦੁਖਦੀ ਹੈ ਬਾਹਲੀ ਦੁਖਦੀ ਹੈ ਭਾਈ ਦਿਨ ਤਾਂ ਰਾਤ ਤੱਕ ਰਹਿਣਾ ਪਊਗਾ ਹੋਰ ਹਾਂ ਰਾਤ ਤੱਕ ਤੋਂ ਡਰ ਲੱਗਦਾ ਵੀ ਦੁੱਖ ਹੋਰ ਸਹੀ ਕਰ ਰਤਾ ਲੱਗਦਾ ਹੀ ਹੈ ਹੋਰ ਦੁੱਖ ਤੋਂ ਡਰ ਲੱਗਦਾ ਹੈ ਹੋਰ ਠੀਕ ਠਾਕ ਵਧੀਆ ਠੀਕ ਠਾਕ ਵਧੀਆ ਸ਼ੱਕਰ ਲੈ ਜੀ ਕੋਈ ਨਾ ਲੈਂਦੀ ਪਈ ਆ ਲੈਂਦੀ ਪਈ ਆ ਹਾਂ ਲੈ ਕੇ ਜਾਊਂਗੀ ਸ਼ੱਕਰ ਵਾਸਤੇ ਆਈਆਂ ਮੈਂ ਲੈ ਜੀ ਕੋਈ ਨਾ ਤੇ ਦੇਖੀ ਹੋਰ ਕੋਈ ਉਹਨਾਂ ਦੀ ਦਲਵੀਰ ਕੀ ਗੱਲਬਾਤ ਸੁਣੀ ਨਹੀਂ ਦਲਵੀਰਾ ਤਾਂ ਬਲਾ ਹੀ ਖਰਾਬ ਹੋ ਰਿਹਾ ਹੋਣਾ ਹਾਂ ਕਿਤੇ ਜੇ ਕੁਛ ਕਹਿ ਜਾਂਦਾ ਕਿਤੇ ਜੇ ਕੁਛ ਕਹਿ ਹਾਂ ਮੈਂ ਸੁਣਿਆ ਤੇ ਤੁਹਾਡੇ ਫੋਨ ਆਏ ਫੋਨ ਆਏ ਤੇ ਤੁਹਾਡੇ ਆਇਆ ਤੇ ਹਾਂ ਕੀ ਕਹਿੰਦਾ ਤੀ ਜਸਨੀਤ ਦਾ ਫੋਨ ਆਇਆ ਤੀ ਮੈਂ ਇਹਨੂੰ ਦਾ ਆ ਕਹਿੰਦੀ ਸਰਬਜੀਤ ਕਹਿੰਦੀ ਪੰਤ ਕੇ ਫੋਨ ਆਇਆ ਜਸਨੀਤ ਦਾ ਹਾਂ ਜਸਨੀਤ ਕਹਿੰਦੇ ਕਹਿੰਦੀ ਮਾਸੀ ਮੈਂ ਤਾਂ ਤਲਾਕ ਲਊਂਗੀ ਨਹੀਂ ਮਹਾ ਪੁੱਤ ਤੂੰ ਆਪਦਾ ਘਰ ਵਸਾ ਲੈ ਤੇ ਇਹ ਤਲਾਕ ਨਾ ਲੈ ਇਹ ਤਾਂ ਤਲਾਕ ਤਾਂ ਕਦੋਂ ਮਰਜ਼ੀ ਲੈ ਲੈ ਹਾਂ ਘਰ ਵਸਾਉਣੇ ਬਹੁਤ ਔਖੇ ਨੇ ਵੀ ਤੂੰ ਘਰ ਵਸਾ ਲੈ ਹਾਂ ਨਾਲੇ ਭੈਣੇ ਚੱਲ ਇਹ ਤਾਂ ਜਿਹਾ ਜਿਹਾ ਹੈਗਾ ਵਸਦਾ ਘਰ ਪੱਟਿਆ ਜਾਊਗਾ ਜੇ ਤਲਾਕ ਦੇ ਜਾਊਗਾ ਸਮਾਂ ਇਹਨਾਂ ਦਾ ਘਰ ਵਸੇ ਆਪਾਂ ਤਾਂ ਕਹਿੰਦੇ ਆਪਾਂ ਤਾਂ ਕਹਿੰਦ੾ੇ ਵਸੇ ਫਿਰ ਦੇਖੋ ਕੀ ਕਹਿੰਦੀ ਹੁਣ ਕਹਿੰਦੀ ਮਾਸੀ ਨਾ ਮੈਂ ਤਾਂ ਤਲਾਕ ਲਊਂਗੀ ਮੈਂ ਤਾਂ ਬਥੇਰਾ ਸਮਝਾਈ ਭਾਈ ਉਹਨੂੰ ਬਦੀਨ ਵੀ ਬਹੁਤ ਕਰਦੇ ਨੇ ਹੋਰ ਬਾਲੀ ਕੁਝ ਬੋਲਦਾ ਹਾਂ ਬਹੁਤ ਬਦੀਨ ਕਰਦੇ ਨੇ ਭਾਣੇ ਕਦੇ ਉਹਦੇ ਦੇਖ ਸਿਰ ਪੈਸੇ ਲਾ ਦਿੰਦੇ ਨੇ ਹਾਂ ਹਾਂ ਹਨਾ ਕਦੇ ਉਹਨੂੰ ਕੁੱਟ ਦਿੰਦੇ ਨੇ ਹੁਣ ਕਿੰਨੇ ਚਿਰ ਦੀ ਕੁੱਟ ਕੇ ਭੇਜ ਰੱਖੀ ਹੈ ਭਾਈ ਆਪਾਂ ਸਾਰੀ ਧੀਆਂ ਬਹਿਣ ਵਾਲੀਆਂ ਮੈਂ ਉਹਨੂੰ ਕਿਹਾ ਤੇ ਮਾਂ ਜਸਨੀਤ ਆ ਜਾ ਪੁੱਤ ਤੂੰ ਘਰੇ ਤੇਰਾ ਘਰ ਖਰਾਬ ਹੋ ਗਿਆ ਕਹਿੰਦੀ ਤੇਰੇ ਹੀ ਖਰਾਬ ਹੁੰਦਾ ਕਹਿੰਦੀ ਉਹ ਤਾਂ ਸੌ ਦਿੱਕ ਸੁਣਾਤੀ ਮਾਸੀ ਕਹਿੰਦੀ ਮੈਂ ਤਾਂ ਜਮੀ ਨਹੀਂ ਆਉਂਦੀ ਹੈਗੀ ਇੱਥੇ ਫਿਰੂਗਾ ਪਾਥੀਆਂ ਪਾਸਦਾ ਕਈ ਦਿਨ ਹੋਵੇ ਗੋਹਾ ਪੱਥਣ ਲੱਗ ਰਿਹਾ ਸੀ ਲੈ ਹਾਂ ਜਿਹਾ ਜਾ ਮੂੰਹ ਹਜੇ ਚਪੇੜ ਵੱਜਣ ਤੇ ਫਿਰ ਕੋਈ ਗੱਲ 50-60 ਹਜ਼ਾਰ ਰੁਪਇਆ ਲੈਂਦਾ ਸਰਕਾਰੀ ਮੁਲਾਜ਼ਮ ਹੈ ਬਈ ਇਹਨਾਂ ਦੀ ਉਹੀ ਗੱਲ ਲੱਛਣ ਨਹੀਂ ਜੱਜਦੇ ਨਾ 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 ਲੱਛਣ ਮਾੜੇ ਨੇ ਪੜਿਆ ਲਿਖਿਆ ਏਡਾ ਵੱਡਾ ਮੁਲਾਜ਼ਮ ਹੈ ਏਡਾ ਵੱਡਾ ਮੁਲਾਜ਼ਮ ਨੂੰ ਅਕਲ ਆਉਣੀ ਚਾਹੀਦੀ ਹੈ ਇਹ ਤੂੰ ਮੈਨੂੰ ਵੀ ਸਮਝਾਵੇ ਆਲੇ ਦਾਲੇ ਗਵਾਂਡਰ ਨੂੰ ਦੇਖੇ ਹਾਂ ਵੀ ਸਾਡਾ ਗਵਾਂਡ ਕਿਵੇਂ ਵਸਦਾ ਹੈ ਸਾਡਾ ਆਪਣੇ ਤਾਂ ਗਲੀ 'ਚ ਕੋਈ ਨਹੀਂ ਆ ਕਰਦਾ ਆਪਣਾ ਤਾਂ ਕੋਈ ਨਹੀਂ ਕਰਦੇ ਨੇ ਚੁੱਕਦਾ ਹੈਗਾ ਇਹ ਹਜੇ ਕੁਛ ਸਕੂਲਾਂ 'ਚ ਜਾ ਕੇ ਕਰਦਾ ਹੋਣਾ ਲੜਾਈਆਂ ਮਾਸਟਰਾਂ ਨਾਲ ਕਰੀ ਜਾਂਦਾ ਹੋਣਾ ਹੋਰ ਕੀ ਕਰਦਾ ਹੋਊਗਾ ਬੋਲਾ ਮਾਸਟਰ ਹਾਂ ਸਹੀ ਗੱਲ ਨਾ ਭਾਈ ਮਾੜੀ ਗੱਲ ਹੈ ਆਪਾਂ ਤਾਂ ਕਹਿੰਦੇ ਵਿੱਚ ਵਿਚਾਲੇ ਕੋਈ ਬੰਦੇ ਪਾ ਕੇ ਗੱਲ ਜੇ ਇਹਨਾਂ ਦੀ ਸੁੱਝ ਜੇ ਤਾਂ ਵਧੀਆ ਗੱਲ ਹੈ ਮੈਂ ਤਾਂ ਕਹਿੰਦੇ ਬਾਹਲੀ ਵਧੀਆ ਹੈ ਹਾਂ ਤੁਸੀਂ ਕਰਕੇ ਦੇਖ ਲਓ ਫੋਨ ਫਿਰ ਲੜ ਪੈਂਦਾ ਹੈ ਮੈਨੂੰ ਤਾਂ ਕਹਿ ਦਿੰਦਾ ਹੈ ਕਹਿੰਦਾ ਇੱਥੋਂ ਉਂਗਲਾਂ ਲਾਉਂਦੇ ਨੇ ਲੋਕ ਨਾ
ਤੂੰ ਉਹਨੂੰ ਦੱਸੀ ਹੋਣਾ ਚੁੱਪ ਕਰਕੇ ਮੰਨ ਲੈ ਤੈਨੂੰ ਫੋਨ ਕਰ ਲਾਂਗਾ ਮੇਰੇ ਕੋਲ ਤਾਂ ਨੰਬਰ ਵੀ ਨਹੀਂ ਉਹਦਾ ਹੈਗਾ ਨੰਬਰ ਮੈਂ ਦੇ ਦੂੰ ਤੈਨੂੰ ਚੱਲ ਠੀਕ ਹੈ ਚੰਗਾ ਮੈਨੂੰ ਸ਼ੱਕਰ ਦੀ ਕੌਲੀ ਭਰ ਮੈਂ ਤਾਂ ਚਾਹ ਧਰਨੀ ਹੈ ਸ਼ੱਕਰ ਲੈ ਜਾ ਹਾਂ ਮੈਂ ਤਾਂ ਦੇਖੀ ਚੱਲ ਠੀਕ ਹੈ ਮੈਂ ਨੰਬਰ ਲੈ ਕੇ ਜਾਊਂਗੀ ਤੂੰ ਆ ਅੰਦਰੋਂ ਪੀਪੇ 'ਚ ਭਰ ਕੇ ਲੈ ਜਾ ਬਾਟ ਪਾਪ ਕਮਾਉਣਾ ਬੰਦਿਆ ਨਰਕਾਂ ਨੂੰ ਤੂੰ ਜਾਵੇਂ ਛੰਡਿਆ ਜਿਹੜੇ ਪੈ ਗਈ ਕਰਾਹੇ ਜਵਾਨੀ ਹੁਣੀ ਮੁੜਦੀ ਕਿਸੇ ਦੀ ਜਨਾਨੀ ਆਹ ਕੀ ਕਰੀ ਜਾਂਦੇ ਹੋ ਜੀ ਆਹ ਸਪਰੇ ਨਹੀਂ ਪਾਉਣੀ ਜੀ ਇਹਦਾ ਪਾਤੀ ਬਹੁਤ ਘੱਟ ਕੰਮ ਕਰੂ ਨਾ ਇਹ ਜ਼ਿਆਦਾ ਹੈ ਇਹਦਾ ਜੇ ਸੁੰਗ ਵੀ ਲੈ ਕੋਈ ਸੁੰਗ ਵੀ ਲੈ ਬਸ ਢੋਲੀ ਨਾਲ ਪਾ ਦਿੰਦੇ ਮਹਾ ਲੋੜ ਹੀ ਨੀ ਕਾਹਨੂੰ ਉਹ ਕਰਨਾ ਹੈਗਾ ਇਹ ਤਾਂ ਬਸ ਹੋ ਗਿਆ ਇਹ ਤਾਂ ਕੰਮ ਡਰਾਈ ਕਲੀਨ ਕਰਤੀ ਜੀ ਤਾਂ ਮੈਂ ਠੀਕ ਹੈ ਹਾਂ ਪਤੀਲੀ ਢੱਕਣੀ ਵੀ ਚੱਕਦਾ ਭਾਫ ਚੜ ਗਈ ਨੱਕ ਨੂੰ ਬੁੜਕ ਫੂਜੀ ਪੂ ਗਿਆ ਮੋੜਿਆ ਮੋੜਿਆ ਮੁੜਿਆ ਲੋੜ ਨੀ ਇਹ ਜ਼ਿਆਦਾ ਕੰਮ ਕਰੂਗੀ ਇਹਨੂੰ ਮਾੜੀ ਮਾੜੀ ਬਸ ਸੇਕ ਤੇ ਰਜਾਈ ਜਾਓ ਕਾਂਡਾ ਤੇ ਨਾ ਲੱਗਣ ਦਿਓ ਬਸ ਖੋਏ ਵਾਂਗੂ ਬਣ ਗਈ ਬਸ ਠੀਕ ਆ ਮੈਂ ਮਾੜਾ ਜਿਹਾ ਸਰਕਾਰ ਨੂੰ ਦੇਖ ਲਿਆ ਵਾ ਤਾਏ ਦੀ ਮਾਂ ਕਦੋਂ ਤੱਕ ਖੈਰ ਮਨਾਊਗੀ ਗੌਟ ਦੀ ਮਾਂ ਗੌਟ ਦੀ ਮਾਂ ਕਦੋਂ ਤੱਕ ਖੈਰ ਮਨਾਊ ਬੱਕਰੇ ਦੀ ਮਾਂ ਤਾਂ ਬੰਦੇ ਆ ਬੈਲੂਨ ਬਟਰ ਦਾ ਬੰਦੇ ਆ ਬੈਲੂਨ ਬਟਰ ਦਾ ਦਾਲ ਧਰ ਵੀ ਦਿੱਤੀ ਵੀਰੇ ਨੇ ਚੱਲ ਵਧੀਆ ਕੀਤਾ ਮੈਂ ਹੋਰ ਕੋਈ ਕੰਮ ਨਾ ਮਿਲਣਾ ਲਾਇਆ ਇਹ ਤਾਂ ਬਣੀ ਪਈ ਆ ਐਂ ਕਰਦੇ ਮੈਂ ਰੋਟੀ ਖਾਈ ਲੈਂਦੀ ਮੇਰੇ ਮਾਂ ਸਾਰੇ ਪਾਸੇ ਦੇਖ ਕੇ ਬਾਰਾਂ ਬੁਰਾ ਕਣੀ ਗਿਆ ਹੋਊਗਾ ਜੀ ਬਾਰਾਂ ਕਣੀ ਕਿੱਥੇ ਤੁਸੀਂ ਅੱਜ ਕਰ ਦੋ ਕੰਮ ਜੀ ਐਂ ਕਾਹਨੂੰ ਸਾਰੇ ਲੱਪੇ ਜੇ ਹੋ ਰਹੇ ਨੇ ਜੀ ਕਿਉਂ ਤੂੰ ਕੀ ਗੱਲਾਂ ਕੀ ਕਰਦਾ ਤਾਂ ਪਟਾ ਤਾਂ ਲਾਇਆ ਪਿਆ ਮਸ਼ੀਨ ਤੇ ਚੜ ਰਿਹਾ ਉਹਦਾ ਕੰਮ ਪੂਰਾ ਵਾ ਤਾਏ ਨੂੰ ਖਵਾ ਕੇ ਪ੍ਰਸ਼ਾਦਾ ਪਾਣੀ ਛਕਾ ਕੇ ਨਹੀਂ ਜੀ ਮੈਂ ਕਿਹਦੀ ਝਟਕੇ ਨੂੰ ਸੱਤ ਲੈਣਾ ਮਾਰ ਕੇ ਲਿਫਾਫੇ 'ਚ ਪਾ ਕੇ ਦੇ ਦੂਆ ਕਿਉਂ ਭੈਣ ਦੀ ਕੜਕਨਾਥ ਮੁਰਗਾ ਉਹ ਮਰ ਜਾਂਦਾ ਜੀ ਆ ਨਿੰਮ ਕਿੱਥੋਂ ਡਿੱਗਿਆ ਪਿਆ ਆਪਣੇ ਵਿਹੜੇ 'ਚ ਨਿੰਮ ਨਹੀਂ ਹੈਗਾ ਜੀ ਮਿੱਤੀ ਡਿੱਗੀ ਪਈ ਆ ਹੈ ਮੈਨੂੰ ਤਾਂ ਲੱਗਦਾ ਜੀ ਧੜਕਣ ਵੱਧ ਗਈ ਇਹ ਤਾਂ ਚਿਗਾਰੀਆ ਮਾਰੇ ਹੈ ਚਿਗਾਰੀਆ ਚਿੱਗਾ ਮਤਲਬ ਨਾਗ ਲੜ ਗਏ ਨੇ ਮਿੱਤੀ ਦੀਦੀ ਚਾ ਦੀਦੀ ਚਾ ਨਾ ਸਾਨੂੰ ਛੱਡ ਪਿਆਰ ਪਿਆਰ ਮੇਰੇ ਆ ਸਾਂ ਚਲਦੇ ਨਬਜ ਚਲਦੇ ਨਬਜ ਦੀਦੀ ਕਿਰਚਾ ਮੈਂ ਗੱਡੀ ਕੱਢਦਾ ਸ਼ੋਰ ਡਾਕਟਰ ਦੇ ਮੈਂ ਕਰਦਾ ਮੈਂ ਕਰਦਾ ਮੈਂ ਕਰਦਾ ਚਲ ਠੀਕ ਆ ਵੀ ਪੁੱਗਣਾ ਪਕਾਣਾ ਕਰ ਲੈਂਦੇ ਕਿਰਚਾ ਚਾ ਕਿਰਚਾ ਕਿਰਚਾ ਜੇਦੀ ਆ ਨਾ ਜੇਦੀ ਆ ਗਿਆ ਜੀ ਆ ਗਿਆ ਆਏ ਮੇਰਾ ਪਿਆਰ ਸਰਾਲ ਬਣ ਗਿਆ ਮੇਰਾ ਪਿਆਰ ਸਰਾਲ ਵਾਂਗੂ ਲੇਟਿਆ ਪਿਆ ਓ ਸੇਤੀ ਆਇਆ ਸੇਤੀ ਆਇਆ ਆਉਣ ਦੇ ਪਿੱਛੇ ਲੈ ਪਿੱਛੇ ਬੈਕ ਲੈ ਬੈਕ 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 ਆਉਣ ਦੇ ਬਸ 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 ਸੇਤੀ ਆ ਜਾ ਮੈਂ ਤਾਂ ਇਕੱਲੇ ਤੋਂ ਮੇਰਾ ਪਿਆਰ ਚੱਕਿਆ ਨਹੀਂ ਜਾਣਾ ਹਾਂਜੀ ਸੇਤੀ ਆ ਜਾ ਸੇਤੀ ਆਲੋ ਜੀ ਮੇਰੇ ਪਿਆਰ ਨੂੰ ਹੱਥ ਪੋਏ ਮੈਂ ਤਾਂ ਇਕੱਲੇ ਤੋਂ ਹਿਸਾਬ ਚ ਨਹੀਂ ਆਉਂਦਾ ਪਿਆਰ ਇਹ ਤਾਂ ਬਾਹਲਾ ਫੈਲਿਆ ਪਿਆ ਜੀ ਛੋਟਾ ਪਿਆਰ ਕੋਈ ਨਾ ਦੇਖਦਾ ਸੀ ਕੀ ਪਤਾ ਚੱਕਿਆ ਜਾਵੇ ਇੱਕ ਮਿੰਟ ਖੜ ਜਾ ਇੱਕ ਮਿੰਟ ਕਿਹਨੂੰ ਫੋਨ ਲਾਈ ਜਾ ਰਹੇ ਹੋ ਜੀ ਹੈ ਕਿਹਨੂੰ ਲਾ ਰਹੇ ਹੋ ਜੀ ਫੋਨ ਜੇਸੀਬੀ ਵਾਲੇ ਨੂੰ ਲਾਉਣਾ ਮੈਂ ਜੇ ਜੱਠਿਆਂ ਤੋਂ ਆ ਜੇ ਮੈਂ ਇੱਕ ਵਾਰ ਦਾ 500 ਰੁਪਿਆ ਲੈਂਦਾ ਸੂਟ ਕੇ ਜੇ ਚ ਪਾ ਕੇ ਧਰ ਦਿੰਦਾ ਇਹਨੂੰ ਕੋਈ ਨਹੀਂ ਤੁਸੀਂ ਮੇਰੇ ਟਰਾਈ ਕਰੋ ਖਿੱਚ ਕੇ ਲੈ ਕੇ ਆਓ ਮੇਰਾ ਪਤੀ ਦੀ ਐਡਾ ਪਿਆਰ ਆ ਮੇਰਾ ਜੋਰ ਲਗਾ ਕੇ ਐਸਾ ਜੋਰ ਲਗਾ ਕੇ ਐਸਾ ਮੇਰੀ ਗੱਲ ਸੁਣੋ ਜੀ ਹਾਂਜੀ ਇਹ ਹਿਸਾਬ ਚ ਨਹੀਂ ਆਉਂਦਾ ਕੰਮ ਹਾਂਜੀ ਮੈਂ ਨਾ ਜਦੋਂ ਬੰਦੇ ਬੁਲਾ ਕੇ ਲਿਆਉਣਾਗਾ
ਉਹਨਾਂ ਨੂੰ ਕਹਿੰਦੇ ਨੇ ਵੀ ਮੁੱਛ ਲਾਉਣਾਗਾ ਪੋਲ ਡੇਗਣਾਗਾ ਨਿੰਮ ਠੀਕ ਭਈਆ ਜੀ ਹਾਂ ਠੀਕ ਆ ਸੀਟ ਬੈਲਟ ਲਾ ਪਿਆਰ ਹੇ ਬਾਬਾ ਵਿਚਾਰਿਆ ਕੁੜੀ ਠੀਕ ਹੋ ਕੇ ਆਵੇ ਐ ਕਰੋ ਜੀ ਗਹਿਣਾ ਚੱਕ ਲੋ ਤਹੀਂ ਤਾਂ ਚੱਕ ਲੈ ਜੀ ਓ ਐਂ ਜੀ ਮਾਤਾ ਦਾ ਗਹਿਣਾ ਚੱਕ ਲੋ ਕਿਹੜੀ ਦਾ ਚੱਕਾ ਜੀ ਮਦਾਨ ਵਾਲੀ ਦਾ ਹੇ ਮਾਤਾ ਠੀਕ ਹੋ ਕੇ ਆਵੇ ਛੇਤੀ ਆ ਜਾ ਜਾਣ ਬਸ 2 ਮਿੰਟ ਤੇ ਮੈਂ ਤਾਂ ਲਾਤੀ ਨਾ ਦੋ ਜੀ ਲਾ ਦੋ ਬਸ ਬਿਰਜਵਾਲਾਂ ਦੇ ਲਾ ਦੂੰਗਾ ਟੈਨਸ਼ਨ ਨਾ ਲੈ ਬਿਰਜਵਾਲ ਤਾਂ ਬੱਚੇ ਆ ਰਹੀ ਹੈ ਜੀ ਕੋਈ ਨਾ ਵੀ ਬੱਚੀ ਹੋਵੇ ਮੇਰੇ ਲਈ ਮੂਡ ਕਰੇ ਕਿ ਚੱਲ ਨਹੀਂ ਐਂਬੂਲੈਂਸ ਚਲਾਉਂਦਾ ਰਹਾ 2 ਮਿੰਟ ਚਲਾ ਦੂੰਗਾ ਮੂਡ ਕਰੇ ਕਿ ਚੱਲ ਆਏ ਜੀ ਮਾਰਾ ਮੂਡ ਕਰੀ ਮੂਡ ਕਰੀ ਆ ਲਾਦੇ ਬੱਲੇ ਬੱਲੇ ਤੇ ਰੁਕ ਰੁਕ ਜੀ ਤੁਸੀਂ ਰੁਕਾ ਕੁੜੀ ਬਸ ਮੈਂ ਕੀ ਕਿਹਾ ਜੀ ਸਰਦਾਰਾ ਤੇਰਾ ਮੂੰਹ ਕੁੱਟੂ ਕਿਉਂ ਜੀ ਸਰਦਾਰਾ ਤੈਨੂੰ ਪੱਟੇ ਵਾਲੀ ਮਸ਼ੀਨ ਤੇ ਚਾੜਨਗੇ ਕੀ ਗੱਲ ਹੋ ਗਈ ਜੀ ਸਰਦਾਰਾ ਤੇਰੀ ਬਲੌਨੀ ਹੋ ਕਿਉਂ ਜੀ ਤਾਏ ਨੂੰ ਸਾਰਾ ਕੇਸ ਦਾ ਪਤਾ ਲੱਗ ਗਿਆ ਠੀਕ ਹੈ ਨਾ ਵੀ ਤੈਂ ਸਪਰੇ ਪਾਈ ਸੀ ਇਸ ਤੋਂ ਬਾਅਦ ਹੁਣ ਵੀਰੇ ਤੇਰੀ ਜਾਨ ਨੂੰ ਖਤਰਾ ਹੈ ਤੁਸੀਂ ਭੱਗ ਜਾਓ ਵੀਰੇ ਉਹਨੂੰ ਕਿਹਨੇ ਦੱਸਿਆ ਜੀ ਮਿੱਤੀ ਨੇ ਮਿੱਤੀ ਨੂੰ ਕਿਹਨੇ ਦੱਸਿਆ ਜੀ ਮੇਰੇ ਮਾਊਥ ਚੋਂ ਨਿਕਲ ਗਿਆ ਦੇਖੋ ਹੁਣ ਤਾਇਆ ਹੈ ਨਹੀਂ ਅੰਦਰ ਉਹ ਗਿਆ ਹੋਇਆਗਾ ਠੀਕ ਹੈ ਨਾ ਪੁਲਿਸਾਂ ਬੁਲਾਉਣ ਗਿਆ ਹੋਇਆ ਤੁਹਾਡਾ ਪਰਚੇ ਜਾਊਗਾ 9 ਤੁਹਾਡੀ ਆਰਾਮ ਪਿਆਰੀ ਕੁੱਟੂ ਮੈਂ ਤਾਂ ਕਹਿੰਦਾ ਤੁਸੀਂ ਕੰਧ ਟੱਪ ਕੇ ਫਰਾਰ ਹੋ ਜਾਓ ਫਿਰ ਇਹਦਾ ਮਤਲਬ ਸਾਰੇ ਸਿਆਪੇ ਦੀ ਜੜ ਤੁਸੀਂ ਹੋ ਹਾਂਜੀ ਵੀਰੇ ਮੈਂ ਆ ਮੂੰਹ ਤੇ ਕਹਿੰਦੇ ਆਪਾਂ ਆਪ ਕਹਿੰਦਾ ਮੁੱਕਰਦੇ ਆ ਤੁਸੀਂ ਗੁਨਾਹਗਾਰ ਹੋ ਓਬਵੀਅਸਲੀ ਆ ਮੈਂ ਕਿੱਧਰ ਜਾਵਾਂ ਇੱਧਰ ਨੂੰ ਇੱਧਰ ਸਾਫ ਸੜਕ ਹੈ ਪੱਛਮ ਜਾਵਾਂ ਦੱਖਣ ਜਾਵਾਂ ਇਹ ਨਹੀਂ ਪਤਾ ਹੁਣ ਕਿੱਧਰਲੇ ਪਾਸੇ ਜਾਣਾ ਪਰ ਤੁਸੀਂ ਇੱਧਰ ਨੂੰ ਵਗ ਜਾਓ ਸਾਫ ਰੋਡ ਆ ਪਾਤਰ ਵਾਲੇ ਰੋਡ ਚੜ ਜਾਓ ਤੁਸੀਂ ਸੜਕ ਛੜਕ ਇੱਧਰ